ਸਾਰੇ ਲੋਕਾਂ ਨੂੰ ਪਤਾ ਹੈ, ਮੈਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ, ਸਭ ਨੂੰ ਪਤਾ ਕਿ ਉਹਨਾਂ ਨੇ ਬਹੁਤ ਕੰਮ ਕੀਤੇ ਆ, ਔਰ ਉਹਨਾਂ ਨੇ ਕੰਮ ਕੀਤੇ ਪਬਲਿਕ ਆਪ ਦੱਸਦੀ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਦੇਖੋ ਜੋ ਜਿਹੜੀਆਂ ਸਰਕਾਰਾਂ ਹੈ ਮੌਜੂਦਾ, ਉਹਨਾਂ ਨੇ ਕਹਿਣਾ ਹੀ ਹੁੰਦਾ ਹੈ, ਇੱਕ ਨੇ ਦੂਸਰੇ ਨੂੰ ਕਹਿਣਾ ਹੀ ਕਹਿਣਾ ਹੈ, ਪਰ ਸਾਡਾ ਜਿਹੜਾ ਅਸੂਲ ਹੈ ਇਲੈਕਸ਼ਨ ਲੜਨ ਦਾ, ਅਸੀਂ ਅੱਜ ਤੱਕ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਗੱਲ ਨਹੀਂ ਕਰਦੇ। ਮੋਦੀ ਜੀ ਨੇ ਬਹੁਤ ਕੰਮ ਕੀਤੇ ਆ ਦੇਸ਼ ਦੇ ਲਈ, ਦੇਸ਼ ਦਾ ਨਾਮ ਰੋਸ਼ਨ ਕੀਤਾ, ਅਸੀਂ ਉਹਦੀ ਗੱਲ ਕਰਾਂਗੇ। ਅੰਡਰਪਾਸ ਬਣ ਰਹੀ ਹੈ, ਰੇਲਵੇ ਸਟੇਸ਼ਨ ਹੈ, ਬਹੁਤ ਸਾਰੇ ਕੰਮ ਹੈ ਜਿਹੜੇ ਲੋਕ ਕਹਿੰਦੇ ਆ ਔਰ ਨਾਲ ਦੀ ਨਾਲ ਹੁੰਦੇ ਆ, ਔਰ ਲੋਕ ਇਸ ਗੱਲ ਤੋਂ ਖੁਸ਼ ਹੋਏ ਆ। ਭਾਰਤ ਦੇਸ਼ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੋਇਆ, ਪਹਿਲੇ ਫੇਜ਼ ਦੀਆਂ ਚੋਣਾਂ ਜਿਹੜੀਆਂ ਨੇ ਉਹ ਭਾਰਤ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਹਾਲਾਂਕਿ ਉਹਨਾਂ ਚੋਣਾਂ ਤੋਂ ਬਾਅਦ ਕਈ ਵੱਡੇ ਸਵਾਲ ਵੀ ਖੜ੍ਹੇ ਹੋ ਚੁੱਕੇ ਹੋਏ ਨੇ, ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ 8ਵੇਂ ਗੇੜ ਦੇ ਵਿੱਚ ਪੰਜਾਬ 'ਚ ਚੋਣਾਂ ਹੋਣੀਆਂ ਨੇ, ਔਰ ਉਸ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਉਮੀਦਵਾਰ ਨੂੰ ਐਲਾਨ ਕਰ ਚੁੱਕੀ ਹੋਈ ਹੈ। ਇਸ ਵਕਤ ਅਸੀਂ ਹਲਕਾ ਹੁਸ਼ਿਆਰਪੁਰ ਦੇ ਵਿੱਚ ਬੈਠੇ ਹਾਂ, ਔਰ ਉਸੇ ਦੇ ਵਿੱਚ ਜਿਹੜਾ ਸਭ ਤੋਂ ਇਸ ਵਕਤ ਕਹਿ ਲਈਏ ਹੌਟ ਸੀਟ ਮੰਨੀ ਜਾ ਰਹੀ ਹੈ, ਕਿਉਂਕਿ ਇਸੇ ਹਲਕੇ ਦੀ ਸੀਟ ਜਿਹੜੀ ਹੈ ਇੱਕ ਕੈਬਨਿਟ ਮਿਨਿਸਟਰ ਦੇ ਕੋਲ ਹੈ, ਯਾਨੀ ਕਿ ਸੋਮ ਪ੍ਰਕਾਸ਼ ਜੀ, ਜੋ ਕਿ ਭਾਜਪਾ ਦੇ ਲੀਡਰ ਨੇ। ਉਹਨਾਂ ਨੂੰ ਪਿਛਲੇ ਸਾਲ ਲੋਕਾਂ ਨੇ ਜਿਤਾਇਆ, ਪਿਛਲੇ ਵਾਰ ਲੋਕਾਂ ਨੇ ਜਿਤਾਇਆ, ਔਰ ਕੈਬਨਿਟ ਦੀ ਸੀਟ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ, ਔਰ ਹੁਣ ਉਹਨਾਂ ਦੀ ਜਗ੍ਹਾ ਇਸ ਵਾਰ ਹੁਸ਼ਿਆਰਪੁਰ ਤੋਂ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਚੋਣ ਲੜ ਰਹੇ ਨੇ, ਕਿਉਂਕਿ ਭਾਜਪਾ ਵੱਲੋਂ ਇਸ ਵਾਰ ਉਹਨਾਂ ਨੂੰ ਬਤੌਰ ਜਿਹੜਾ ਹੈ ਉਮੀਦਵਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਤਾਰਿਆ ਗਿਆ। ਸਾਡੇ ਨਾਲ ਮੌਜੂਦ ਨੇ, ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ, ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਭਾਜਪਾ, ਜਿਹਦੇ ਲਈ ਕਿਹਾ ਜਾ ਰਿਹਾ ਕਿ ਪੰਜਾਬ 'ਚ ਸ਼ਾਇਦ ਸਭ ਤੋਂ ਵੱਡਾ ਕੰਪੀਟੀਸ਼ਨ ਹੈ, ਉਹ ਕਿਸ ਤਰੀਕੇ ਨਾਲ ਇਸ ਵਾਰੀ ਚੋਣਾਂ ਨੂੰ ਦੇਖਣਗੇ। ਸੋ ਅਨੀਤਾ ਜੀ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਅਨੀਤਾ ਜੀ, ਤੁਹਾਡਾ ਲਿਵਿੰਗ ਇੰਡੀਆ ਨਿਊਜ਼ 'ਤੇ ਜੀ। ਥੈਂਕ ਯੂ ਜੀ, ਨਮਸਕਾਰ। ਅਨੀਤਾ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਆਉਂਦਾ ਹੈ ਕਿ ਤੁਹਾਡੇ ਨਾਮ ਦੇ ਪਿੱਛੇ ਇੱਕ ਐਸਾ ਨਾਮ ਜੁੜਿਆ ਹੋਇਆ ਜੋ ਕਿ ਸ਼ਾਇਦ ਮੌਜੂਦਾ ਭਾਰਤ ਦੀ ਜਿਹੜੀ ਕੇਂਦਰ ਦੀ ਸਰਕਾਰ ਉਸਦੇ ਕੈਬਨਿਟ ਦੇ ਵਿੱਚ ਇੱਕ ਨਾਮ ਹੈ, ਸੋਮ ਪ੍ਰਕਾਸ਼। ਸੋ ਅਨੀਤਾ ਸੋਮ ਪ੍ਰਕਾਸ਼ ਇਸ ਵਾਰ ਚੋਣ ਲੜ ਰਹੇ ਨੇ, ਕਿੱਦਾਂ ਦੇਖ ਰਹੇ ਨੇ ਇਹਨਾਂ ਚੋਣਾਂ ਨੂੰ, ਔਰ ਹੁਸ਼ਿਆਰਪੁਰ ਦੇ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਬਹੁਤ ਬਖੂਬੀ ਸਮਝਦੇ ਨੇ ਔਰ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਐਤਕੀ ਹੁਸ਼ਿਆਰਪੁਰ ਦੇ ਲੋਕਾਂ ਦੇ ਵਿੱਚ ਜਾ ਕੇ ਦੱਸਿਆ ਜਾਏਗਾ, ਔਰ ਜੇਕਰ ਕੁਰਸੀ ਹੱਥ ਆਉਂਦੀ ਹੈ ਤਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ? ਪਹਿਲਾਂ ਤਾਂ ਮੈਂ ਪਾਰਟੀ ਹਾਈਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਔਰਤਾਂ ਨੂੰ ਮਾਣ ਦਿੱਤਾ ਆ ਇਸ ਵਾਰ ਪਾਰਟੀ ਦੇ ਵਿੱਚ ਟਿਕਟਾਂ ਦੇ ਕੇ ਔਰਤਾਂ ਨੂੰ ਸਨਮਾਨ ਕੀਤਾ ਆ, ਇਹ ਇੱਕ ਬਹੁਤ ਵੱਡੀ ਗੱਲ ਹੈ। ਇਹਦੇ ਲਈ ਪਾਰਟੀ ਹਾਈਕਮਾਨ ਦਾ ਬਹੁਤ ਬਹੁਤ ਧੰਨਵਾਦ। ਇਲੈਕਸ਼ਨ ਲੜਨਾ ਕੋਈ ਮੁਸ਼ਕਲ ਨਹੀਂ ਹੈ, ਕੋਈ ਚੁਣੌਤੀ ਨਹੀਂ ਹੈ, ਕੰਮ ਕੀਤੇ ਆ ਸੋਮ ਪ੍ਰਕਾਸ਼ ਜੀ ਨੇ ਹਲਕੇ ਦੇ, ਸਾਰੇ ਲੋਕਾਂ ਨੂੰ ਪਤਾ ਹੈ, ਮੈਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ, ਸਭ ਨੂੰ ਪਤਾ ਕਿ ਉਹਨਾਂ ਨੇ ਬਹੁਤ ਕੰਮ ਕੀਤੇ ਆ, ਔਰ ਉਹਨਾਂ ਨੇ ਕੰਮ ਕੀਤੇ ਪਬਲਿਕ ਆਪ ਦੱਸਦੀ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਔਰ ਮੈਂ ਜਦੋਂ ਜਾਣਾ ਹੁਣ ਪਬਲਿਕ ਦੇ ਵਿੱਚ, ਪਬਲਿਕ ਆਪਣੇ ਮੁੱਦੇ ਜਿਹੜੇ ਆ ਆਪ ਦੱਸੇਗੀ, ਔਰ ਉਹ ਮੁੱਦਿਆਂ ਨੂੰ ਕੋਸ਼ਿਸ਼ ਕਰਾਂਗੇ, ਜੇ ਪਰਮਾਤਮਾ ਨੇ ਸਮਾਂ ਦਿੱਤਾ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਸੋਮ ਪ੍ਰਕਾਸ਼ ਜੀ ਨੇ ਕੰਮ ਕੀਤੇ ਨੇ, ਕੰਮ ਮੂੰਹੋਂ ਬੋਲਦੇ ਵੀ ਨੇ, ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਮੌਜੂਦਾ ਜਿਹੜੀ ਸਰਕਾਰ ਹੈ ਜਾਂ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਪੰਜਾਬ ਨਾਲ ਤਾਂ ਹਮੇਸ਼ਾ ਕੇਂਦਰ ਨੇ ਵਿਤਕਰਾ ਕੀਤਾ, ਪੰਜਾਬ ਨਾਲ ਤਾਂ ਹਮੇਸ਼ਾ ਕੇਂਦਰ ਨੇ ਮਤਰਾਈ ਮਾਂ ਵਾਲਾ ਵਤੀਰਾ ਕੀਤਾ। ਦੇਖੋ ਜੋ ਜਿਹੜੀਆਂ ਸਰਕਾਰਾਂ ਹੈ ਮੌਜੂਦਾ, ਉਹਨਾਂ ਨੇ ਕਹਿਣਾ ਹੀ ਹੁੰਦਾ ਹੈ, ਇੱਕ ਨੇ ਦੂਸਰੇ ਨੂੰ ਕਹਿਣਾ ਹੀ ਕਹਿਣਾ ਹੈ, ਪਰ ਸਾਡਾ ਜਿਹੜਾ ਅਸੂਲ ਹੈ ਇਲੈਕਸ਼ਨ ਲੜਨ ਦਾ, ਅਸੀਂ ਅੱਜ ਤੱਕ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਗੱਲ ਨਹੀਂ ਕਰਦੇ, ਅਸੀਂ ਆਪਣੀ ਗੱਲ ਕਰਦੇ ਹਾਂ, ਆਪਣੀ ਪਾਰਟੀ ਦੀ ਗੱਲ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਹੈ, ਅਸੀਂ ਉਹਦੀ ਗੱਲ ਕਰਾਂਗੇ। ਮੋਦੀ ਜੀ ਨੇ ਬਹੁਤ ਕੰਮ ਕੀਤੇ ਆ ਦੇਸ਼ ਦੇ ਲਈ, ਦੇਸ਼ ਦਾ ਨਾਮ ਰੋਸ਼ਨ ਕੀਤਾ, ਅਸੀਂ ਉਹਦੀ ਗੱਲ ਕਰਾਂਗੇ, ਅਤੇ ਦੂਜਿਆਂ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ।
ਪਰ ਜੇਕਰ ਹੁਸ਼ਿਆਰਪੁਰ ਹਲਕੇ ਦੀ ਗੱਲ ਕੀਤੀ ਜਾਵੇ, ਕਿਹੜੇ ਕੰਮਾਂ ਨੂੰ ਜ਼ਿਆਦਾਤਰ ਤੁਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ? ਜੇਕਰ ਗੱਲ ਕੀਤੀ ਜਾਵੇ ਹੋਰਨਾਂ ਪਾਰਟੀਆਂ ਦੀ, ਉਹ ਤਾਂ ਕਹਿੰਦੇ ਕਿ ਅਸੀਂ ਜਿਹੜੇ ਕੰਮ ਕੀਤੇ ਨੇ ਅਸੀਂ ਉਹ ਕੰਮ ਲੈ ਕੇ ਜਾਵਾਂਗੇ, ਤੁਸੀਂ ਕਿਹੜੇ ਕੰਮ ਲੋਕਾਂ ਤੱਕ ਲੈ ਕੇ ਜਾਓਗੇ ਜਿਹੜੇ ਕੀਤੇ ਨੇ? ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ, ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਪਤਾ, ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਹਨਾਂ ਨੂੰ ਸ਼ਾਇਦ ਨਹੀਂ ਪਤਾ। ਨਹੀਂ, ਇਹੋ ਜਿਹੇ ਲੋਕ ਬਹੁਤ ਘੱਟ ਹੋਊਗੇ, ਕਿਉਂਕਿ ਇੱਕ MP ਜਿਹੜਾ ਉਹਦੇ ਕੰਮ ਜਿਹੜੇ ਆ ਵੱਡੇ ਲੈਵਲ ਦੇ ਹੁੰਦੇ ਆ। ਜਿਵੇਂ ਸੋਮ ਪ੍ਰਕਾਸ਼ ਜੀ ਨੇ ਆਪਣੇ ਹਲਕੇ 'ਚ 2 ਮੈਡੀਕਲ ਕਾਲਜ ਲਿਆ ਕੇ ਦਿੱਤੇ ਆ, ਔਰ ਮਾਏ ਹਾਈਵੇ ਬਣਾ ਰਹੇ ਆ। ਸੈਂਟਰ ਗੌਰਮੈਂਟ ਦੇ ਹਾਈਵੇ ਪਹਿਲਾਂ ਵੈਸੇ ਹੀ ਦੇਖ ਲਓ ਤੁਸੀਂ, ਬਹੁਤ ਜ਼ਿਆਦਾ ਹੈ। ਮੈਂ ਤਾਂ ਇਹੀ ਕਿਹਾ ਕਿ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ, ਜਦੋਂ ਲੋਕ ਸੜਕਾਂ 'ਤੇ ਚੱਲਦੇ ਤਾਂ ਆਪਣੇ ਆਪ ਪਤਾ ਚੱਲਦਾ ਹੈ। ਔਰ ਮੌਜੂਦਾ ਸਰਕਾਰ ਨੇ ਤਾਂ ਹਾਲੇ ਤੱਕ ਕੀਤਾ ਹੀ ਕੁਛ ਨਹੀਂ ਹੈ, ਔਰ ਕੀ ਦੱਸਣਾ ਹੈ, ਔਰ ਅਸੀਂ ਕਹਿਣਾ ਵੀ ਨਹੀਂ ਹੈ। ਲੋਕ ਖੁਦ ਬੋਲਦੇ ਆ ਕਿ ਕੋਈ ਕੰਮ ਨਹੀਂ ਹੋਇਆ, ਜੋ ਕੰਮ ਹੋਏ ਆ ਸੋਮ ਪ੍ਰਕਾਸ਼ ਜੀ ਦੇ ਟਾਈਮ 'ਚ ਹੋਏ ਆ, ਔਰ ਇਸ ਕਰਕੇ ਮੈਨੂੰ ਇੱਦਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਣਾ। ਉਹ ਤਾਂ ਕਹਿੰਦੇ ਕਿ ਅਸੀਂ ਲੋਕਾਂ ਦੀ ਬਿਜਲੀ ਮੁਫਤ ਕਰ ਦਿੱਤੀ, ਅਸੀਂ ਤਾਂ ਪੜ੍ਹਾਈ ਦਾ ਸਤਰ ਚੱਕ ਦਿੱਤਾ ਪੰਜਾਬ ਦੇ ਵਿੱਚ, ਸਰਕਾਰੀ ਸਕੂਲਾਂ ਦਾ ਸਤਰ ਚੱਕ ਦਿੱਤਾ, ਕਹਿੰਦੇ ਕਿ ਮੈਡੀਕਲ ਸਹੂਲਤਾਂ ਕਲੀਨਿਕ ਬਣਾ ਬਣਾ ਕੇ ਦੇ ਦਿੱਤੀ, ਫ੍ਰੀ ਇਲਾਜ ਦੇਣੇ ਸ਼ੁਰੂ ਕਰ ਦਿੱਤੇ, ਫਿਰ ਉਹ ਕੀ ਸਭ ਉਹ ਸਭ ਚੀਜ਼ਾਂ ਕੀ ਨੇ? ਦਾਅਵੇ ਤਾਂ ਉਹਨਾਂ ਦੇ ਵੀ ਪੂਰੇ ਨੇ। ਨਹੀਂ, ਦਾਅਵੇ ਉਹਨਾਂ ਦੇ ਵੀ ਪੂਰੇ ਆ। ਇੱਕ ਸੋਮ ਪ੍ਰਕਾਸ਼ ਜੀ ਨੇ 10 ਸਾਲ ਕੰਮ ਕੀਤਾ, ਪਹਿਲਾਂ ਪੰਜਾਬ ਸਰਕਾਰ ਸੀ, ਉਹਨਾਂ ਨੇ 9 ਤੋਂ ਇਲੈਕਸ਼ਨ ਲੜੀ ਪਹਿਲੀ, ਔਰ ਉਸ ਤੋਂ ਬਾਅਦ 12 'ਚ ਫਗਵਾੜੇ ਤੋਂ ਇਲੈਕਸ਼ਨ ਲੜੀ ਹੈ। ਉਸ ਤੋਂ ਲਗਾਤਾਰ ਜਿਹੜੀ ਆ ਫਗਵਾੜਾ ਹਲਕੇ ਦਾ ਜਦੋਂ 2 ਵਾਰੀ MLA ਰਹੇ ਆ, ਪੂਰੀ ਡਿਵੈਲਪਮੈਂਟ ਕੀਤੀ ਆ। ਇਹ ਅਸੀਂ ਆਪਣੇ ਮੂੰਹੋਂ ਨਹੀਂ ਕਹਿੰਦੇ, ਕਦੀ ਤੁਸੀਂ ਮਾਰਕੀਟ 'ਚ ਸਰਵੇ ਕਰਕੇ ਦੱਸੀ ਦੇਖਿਓ, ਤੁਹਾਨੂੰ ਦੱਸ ਦੂਗੇ ਕਿ ਮੌਜੂਦਾ ਸਰਕਾਰ ਨੇ ਕੀ ਕੀਤਾ ਆ। ਔਰ ਸੋਮ ਪ੍ਰਕਾਸ਼ ਜੀ ਜੋ ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ, ਉਦੋਂ ਅਕਾਲੀ BJP ਦੀ ਸਰਕਾਰ ਸੀ, ਬਹੁਤ ਜ਼ਿਆਦਾ ਕੰਮ ਹੋਏ ਆ ਉਦੋਂ, ਔਰ ਹੁਣ ਵੀ ਚੱਲ ਰਹੇ। ਹੁਣ ਸੈਂਟਰ ਗੌਰਮੈਂਟ ਦੇ ਕੰਮ ਜਿਹੜੇ ਸੋਮ ਪ੍ਰਕਾਸ਼ ਜੀ ਆਪਣੀ ਗ੍ਰਾਂਟ ਤੋਂ ਸੈਪਰੇਟ ਵੀ ਲੈ ਕੇ ਆਏ ਆ, ਅੰਡਰਪਾਸ ਬਣ ਰਹੇ ਆ, ਰੇਲਵੇ ਸਟੇਸ਼ਨ ਹੈ, ਬਹੁਤ ਸਾਰੇ ਕੰਮ ਹੈ ਜਿਹੜੇ ਲੋਕ ਕਹਿੰਦੇ ਆ ਔਰ ਨਾਲ ਦੀ ਨਾਲ ਹੁੰਦੇ ਆ, ਔਰ ਲੋਕ ਇਸ ਗੱਲ ਤੋਂ ਖੁਸ਼ ਵੀ ਆ ਕਿ ਸਾਡੇ ਕੰਮ ਜਿਹੜੇ, ਜੇ ਉਹ ਡਿਵੈਲਪਮੈਂਟ ਸੋਮ ਪ੍ਰਕਾਸ਼ ਜੀ ਨੇ ਕੀਤੀ ਉਹ ਕੋਈ ਵੀ ਨਹੀਂ ਕਰ ਸਕਦਾ, ਔਰ ਉਹ ਆਪਣੇ ਆਪ ਉਹਨਾਂ ਦੇ ਨਾਲ ਚੱਲਣ ਲਈ ਤਿਆਰ ਹੈ। ਮੌਜੂਦਾ ਸਰਕਾਰ 'ਤੇ ਜੋ ਮਰਜ਼ੀ ਕਹੀ ਜਾਵੇ, ਕਲੀਨਿਕ ਖੋਲ੍ਹ ਦੇਣੇ, ਉਹਨਾਂ 'ਚ ਸਹੂਲਤਾਂ ਦੇਣੀਆਂ ਇੱਕ ਮੁੱਖ ਮੁੱਦਾ ਹੁੰਦਾ ਹੈ। ਤੁਸੀਂ ਜਾ ਕੇ ਦੇਖੋ, ਮੇਰੇ ਕੋਲ, ਮੈਂ ਸੋਸ਼ਲ ਵਰਕਰ ਸੀ, ਮੈਂ ਮੈਡੀਸਨ ਫ੍ਰੀ ਦਿੰਦੀ ਹਾਂ ਲੋਕਾਂ ਨੂੰ, ਮੈਂ ਕਦੀ ਉਹਨਾਂ ਦੀ ਸ਼ਕਲ ਨਹੀਂ ਦੇਖਦੀ। ਔਰ ਸ਼ੋਪ 'ਤੇ ਜਾਂਦੇ ਮੇਰੇ ਨਾਲ ਫੋਨ 'ਤੇ ਗੱਲ ਕਰਦੇ, ਮੈਡਮ ਸਾਨੂੰ ਮੈਡੀਸਨ ਚਾਹੀਦੀ ਲੈ ਕੇ ਦਿਓ, ਅਤੇ ਫਿਰ ਉਹ ਲੋਕਾਂ ਨੂੰ ਜ਼ਰੂਰਤ ਹੀ ਕਈ ਕਿਉਂ ਪਵੇ ਮੇਰੇ ਤੱਕ ਪਹੁੰਚ ਕਰਨ ਦੀ, ਕਿਉਂ ਜ਼ਰੂਰਤ ਪਵੇ ਕਿ ਸਾਨੂੰ ਮੈਡੀਸਨ ਚਾਹੀਦੀ, ਅਸੀਂ ਲੈ ਨਹੀਂ ਸਕਦੇ? ਜੋ ਜੇ ਫ੍ਰੀ ਸਾਰਾ ਕੁਛ ਮਿਲਦਾ ਹੋਏ ਤਾਂ ਜ਼ਰੂਰਤ ਨਹੀਂ ਪੈ ਸਕਦੀ। ਅਤੇ ਇੱਥੇ ਫਿਰ ਜਿੱਥੇ ਪਹਿਲਾਂ, ਜਦੋਂ ਮੈਂ ਪਹਿਲੇ ਸਮੇਂ ਦੀ ਗੱਲ ਕਰਾਂ, ਜਦੋਂ ਸੋਮ ਪ੍ਰਕਾਸ਼ ਜੀ ਚੋਣਾਂ ਲੜਦੇ ਸੀ, ਤੁਸੀਂ ਪਿੱਛੋਂ ਜਿਹੜਾ ਸਾਰੇ ਕੰਮ ਸੰਭਾਲਦੇ ਹੁੰਦੇ ਸੀ, ਹੁਣ ਚੋਣਾਂ ਤੁਸੀਂ ਲੜ ਰਹੇ ਹੋ, ਕਿ ਉਸੇ ਸਪੋਰਟ ਦੇ ਨਾਲ ਸੋਮ ਪ੍ਰਕਾਸ਼ ਜੀ ਹੁਣ ਤੁਹਾਡੇ ਨਾਲ ਖੜਨਗੇ ਜਿਸ ਤਰੀਕੇ ਨਾਲ ਤੁਸੀਂ? ਕਿਉਂਕਿ ਕਹਿੰਦੇ ਨੇ ਕਿ ਜਿਹੜਾ ਚਿਹਰਾ ਮੂਹਰੇ ਹੁੰਦਾ ਉਹ ਲੋਕਾਂ ਦੇ ਵਿੱਚ ਹੁੰਦਾ, ਪਰ ਪਿੱਛੋਂ ਜਿਹੜਾ ਪਾਰਟੀ ਦਾ ਕੰਮ ਜਿਹੜਾ ਉਹ ਬਾਕੀ ਪਰਿਵਾਰ ਜਾਂ ਜਿਹੜੇ ਮੈਂਬਰ ਸੰਭਾਲਦੇ ਹੁੰਦੇ ਨੇ। ਨਹੀਂ, ਮੈਨੂੰ ਤਾਂ ਇਸ ਗੱਲ ਦਾ ਮਾਣ ਹੈ ਕਿ ਇੱਕ ਸੈਂਟਰ ਮਿਨਿਸਟਰ ਮੇਰੇ ਨਾਲ ਹਰ ਵਕਤ ਹੈ, ਔਰ ਮੈਂ ਚੋਣ ਲੜ ਰਹੀ ਹਾਂ, ਮੈਨੂੰ ਉਹਨਾਂ ਦੀ ਪੂਰੀ ਸਪੋਰਟ ਹੈ, ਔਰ ਉਹ ਪੂਰਾ ਕੰਮ ਕਰੂਗੇ ਮੇਰੇ ਨਾਲ, ਕਿਉਂਕਿ ਅਸੀਂ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨਾ ਹੈ, ਕੋਈ ਆਪਣੇ ਲਈ ਨਹੀਂ ਕਰਨਾ ਹੈ, ਅਸੀਂ ਪਾਰਟੀ ਦਾ ਨਾਮ ਰੋਸ਼ਨ ਕਰਨਾ ਹੈ। ਇਸ ਕਰਕੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸੈਂਟਰ ਦੇ ਮਿਨਿਸਟਰ ਮੇਰੇ ਨਾਲ ਹੈ ਹਰ ਵਕਤ। ਤੁਸੀਂ ਕਹਿ ਰਹੇ ਹੋ BJP ਦਾ ਨਾਮ ਰੋਸ਼ਨ ਕਰਨਾ, ਪਰ ਉੱਥੇ ਦੂਜੇ ਪਾਸੇ ਕਈ ਥਾਵਾਂ 'ਤੇ ਦੇਖਿਆ ਗਿਆ ਜਿੱਥੇ ਵੀ ਭਾਜਪਾ ਦੇ ਕੈਂਡੀਡੇਟਸ ਜਾ ਕੇ ਪ੍ਰਚਾਰ ਕਰ ਰਹੇ ਨੇ, ਉੱਥੇ ਉਹਨਾਂ ਦਾ ਵਿਰੋਧ ਹੋ ਰਿਹਾ, ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ, ਉਸ ਵਿਰੋਧ ਨੂੰ ਕਿੱਦਾਂ ਦੇਖੀਏ? ਦੇਖੋ, ਕਿਸਾਨ ਮੇਰੇ ਵੀਰ ਹੈ, ਅਸੀਂ ਵੈਸੇ ਵੀ ਮਿਲਦੇ ਰਹਿੰਦੇ ਹਾਂ, ਕਿਉਂਕਿ ਬਹੁਤ ਸਾਲਾਂ ਤੋਂ ਰਹਿ ਰਹੀ ਹਾਂ ਮੈਂ ਇੱਥੇ, ਕਦੀ ਵੀ ਮੈਨੂੰ ਮਹਿਸੂਸ ਨਹੀਂ ਹੋਇਆ ਅੱਜ ਤੱਕ, ਮੇਰੇ ਮਨ 'ਚ, ਆਪਣੇ ਹਲਕੇ ਦੀ ਗੱਲ ਕਰਦੀ ਹਾਂ, ਮੇਰੇ ਮਨ 'ਚ ਕਦੀ ਡਰ ਨਹੀਂ ਆਇਆ ਕਿ ਕਿਸਾਨ ਵੀਰ ਮੇਰਾ ਵਿਰੋਧ ਕਰੂਗੇ।
ਔਰ ਉਹਨਾਂ ਦੇ ਜੋ ਮੁੱਦੇ ਵੀ ਆ ਉਹ ਮੈਂ ਬੈਠ ਕੇ ਸੁਣ ਵੀ ਸਕਦੀ ਹਾਂ। ਮੈਨੂੰ ਇਹ ਵਿਸ਼ਵਾਸ ਹੈ, ਪਹਿਲਾਂ ਤਾਂ ਆਪਣੇ ਮਨ 'ਤੇ ਵਿਸ਼ਵਾਸ ਹੋਣਾ ਚਾਹੀਦਾ, ਉਹ ਵਿਸ਼ਵਾਸ ਮੈਨੂੰ ਹੈ ਕਿਉਂਕਿ ਸੋਮ ਪ੍ਰਕਾਸ਼ ਜੀ ਨਾਲ ਵੀ ਬਹੁਤ ਅੱਛੇ ਰਿਲੇਸ਼ਨ ਹੈ ਉਹਨਾਂ ਦੇ, ਔਰ ਬਹੁਤ ਹੀ ਅੱਛੇ ਉਹਨਾਂ ਨੇ ਕੰਮ ਕੀਤੇ ਆ, ਹਰ ਵਕਤ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਆ। ਤੁਸੀਂ ਵੀ ਦੇਖ ਕੇ ਆਉਣੇ ਆ ਜਦੋਂ ਵੀ ਇਹਨਾਂ ਦੇ ਸੰਘਰਸ਼ ਦੇ ਵਿੱਚ, ਹਮੇਸ਼ਾ ਸੋਮ ਪ੍ਰਕਾਸ਼ ਜੀ ਉਹਨਾਂ ਦੇ ਨਾਲ ਖੜ੍ਹੇ ਸੀ। ਪਰ ਸੰਘਰਸ਼ ਤਾਂ ਕਿਸਾਨ ਹਾਲੇ ਵੀ ਲੜ ਰਹੇ ਨੇ, ਸੰਘਰਸ਼ ਦੇ ਵਿੱਚ ਕਿਸਾਨ ਹਾਲੇ ਵੀ ਸ਼ੰਭੂ ਬੈਰੀਅਰ ਦੇ ਉੱਤੇ ਟਿਕਿਆ ਹੋਇਆ, ਖਨੌਰੀ ਬੈਡਰ ਬੈਰੀਅਰ ਦੇ ਉੱਤੇ ਟਿਕਿਆ ਹੋਇਆ। ਕਿਸਾਨ ਹਾਲੇ ਵੀ ਇਹ ਗੱਲ ਕਹਿ ਰਿਹਾ ਕਿ ਸਾਡੀਆਂ ਗੱਲਾਂ ਜਿਹੜੀਆਂ ਨਹੀਂ ਸੁਣੀਆਂ ਜਾ ਰਹੀਆਂ। ਬੀਤੇ ਦਿਨ ਇੱਕ ਬੈਠਕ ਰੱਖੀ ਗਈ ਸੀ, ਕਹਿੰਦੇ ਉਸ ਦੇ ਵਿੱਚ ਫੋਟੋਆਂ ਲਗਾ ਦਿੱਤੀਆਂ ਗਈਆਂ ਸਾਰੇ ਮੰਤਰੀਆਂ ਦੀਆਂ, ਕਹਿੰਦੇ ਮੰਤਰੀ ਕੋਈ ਨਹੀਂ ਪਹੁੰਚਿਆ, ਭਾਜਪਾ ਦਾ ਆਗੂ ਕੋਈ ਨਹੀਂ ਪਹੁੰਚਿਆ। ਇਹ ਤਾਂ ਚੱਲਦਾ ਹੀ ਰਹਿਣਾ ਆ, ਇੱਕ ਸੰਘਰਸ਼ ਜਿਹੜਾ ਜਿੰਨੀ ਦੇਰ ਬੈਠ ਕੇ ਗੱਲਬਾਤ ਨਹੀਂ ਹੋਣੀ ਹੈ ਉਨੀ ਦੇਰ ਤਾਂ ਇਹ ਚੱਲਦਾ ਹੀ ਹੈ। ਜਦੋਂ ਬੈਠ ਕੇ ਇੱਕ ਵਾਰੀ ਪਿਆਰ ਨਾਲ ਗੱਲਬਾਤ ਹੋ ਗਈ ਤਾਂ ਉਹਦੇ ਸਾਰੇ ਹੀ ਮਸਲੇ ਹੱਲ ਹੋ ਜਾਂਦੇ ਆ। 6 ਵਾਰੀ ਮੀਟਿੰਗ ਹੋਈ ਹੈ ਕੇਂਦਰ ਦੇ ਨਾਲ, 6ਵਾਰੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਔਰ ਪੰਜਾਬ ਸਰਕਾਰ ਕਹਿੰਦੀ ਮੀਟਿੰਗ ਅਸੀਂ ਕਰਵਾਈ ਹੈ, ਖਾਸ ਕਰਕੇ ਕੇਂਦਰ ਦੇ ਮੰਤਰੀ ਬੁਲਾ ਕੇ ਔਰ ਕਿਸਾਨਾਂ ਨੂੰ ਬੁਲਾ ਕੇ। ਦੇਖੋ ਮੈਂ ਇੱਕ ਨਵਾਂ ਕੈਂਡੀਡੇਟ ਹਾਂ, ਫਸਟ ਟਾਈਮ ਇਲੈਕਸ਼ਨ ਲੜ ਰਹੀ ਹਾਂ, ਪਰ ਫਿਰ ਵੀ ਦੇਖੋ ਮੈਨੂੰ ਆਪਣੇ ਹਲਕੇ 'ਚ ਵਿਸ਼ਵਾਸ ਹੈ ਕਿਸਾਨ ਵੀਰਾਂ 'ਤੇ, ਅਤੇ ਇੱਦਾਂ ਹੀ ਵਿਸ਼ਵਾਸ ਉਹਨਾਂ ਨੂੰ ਵੀ ਹੋ ਜਾਣਾ ਜਦੋਂ ਉਹਨਾਂ ਦੇ ਕੰਮ ਹੋ ਜਾਣੇ ਆ। ਬਾਕੀ ਤੁਸੀਂ ਸੈਂਟਰ ਮਿਨਿਸਟਰ ਨਾਲ ਤੁਸੀਂ ਇੰਟਰਵਿਊ ਕਰਨੀ ਹੈ, ਇਹ ਸਵਾਲ ਤੁਸੀਂ ਉਹਨਾਂ ਨੂੰ ਵੀ ਕਰ ਸਕਦੇ ਹੋ। ਬਿਲਕੁਲ ਉਹਨਾਂ ਨੂੰ ਜ਼ਰੂਰ ਕਰਾਂਗੇ। ਔਰ ਇੱਥੇ ਇੱਕ ਗੱਲ, ਵੱਡਾ ਸਵਾਲ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਫਸਟ ਟਾਈਮ ਤੁਸੀਂ ਹੁਣ ਬਤੌਰ ਉਮੀਦਵਾਰ ਉਤਰ ਰਹੇ ਹੋ, ਔਰ ਉਸ ਪਹਿਲਾਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਪਰਿਵਾਰ ਜਿਹੜਾ ਹੈ ਉਹ ਸੋਮ ਪ੍ਰਕਾਸ਼ ਜੀ ਨੂੰ ਸਪੋਰਟ ਕਰਦਾ ਹੁੰਦਾ ਸੀਗਾ, ਹੁਣ ਸਾਰੇ ਪਰਿਵਾਰ ਦਾ ਸਪੋਰਟ ਤੁਹਾਡੇ ਨਾਲ ਆ ਚੁੱਕਿਆ ਹੋਇਆ, ਸੋਮ ਪ੍ਰਕਾਸ਼ ਜੀ ਦੇ ਕਿਹੜਾ ਐਸਾ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਆਪਦੇ ਨਾਲ ਲੈ ਕੇ ਚੱਲੋਗੇ, ਕਿਉਂਕਿ ਜੇਕਰ ਉਹ MP ਰਹੇ ਨੇ, ਮੰਤਰੀ ਰਹੇ ਨੇ, ਤਜਰਬਾ ਕਿਤੇ ਨਾ ਕਿਤੇ ਉਹ ਤਾਂ ਤੁਹਾਡੇ ਜ਼ਰੂਰ ਕੰਮ ਆਊਗਾ। ਨਹੀਂ, ਉਹਨਾਂ ਦਾ ਸਾਰਾ ਤਜਰਬਾ ਹੀ ਹੈ ਜਿਹੜਾ ਮੈਂ ਅੱਗੇ ਵਧੀ ਹਾਂ, ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਨਹੀਂ ਤੂੰ ਇਲੈਕਸ਼ਨ ਲੜ। ਨਹੀਂ, ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਇਲੈਕਸ਼ਨ ਲੜਨੀ ਹੈ। ਪਾਰਟੀ ਨੇ ਹੁਕਮ ਕੀਤਾ, ਉਹਨਾਂ ਨੇ ਟਿਕਟ ਦਿੱਤੀ, ਅਸੀਂ ਸਿਰ ਮੱਤੇ 'ਤੇ ਜ਼ਰੂਰ ਇਲੈਕਸ਼ਨ ਲੜਨੀ ਹੈ, ਔਰ ਉਹਨਾਂ ਦੀ ਪੂਰੀ ਸਪੋਰਟ ਹੈ, ਮੈਨੂੰ ਸਾਰਾ ਕੁਛ ਸਿੱਖਿਆ ਹੀ ਆ ਉਹਨਾਂ ਤੋਂ ਲਾਈਫ 'ਚ, ਉਹ ਜਿਹੜਾ ਹੁਣ ਮੇਰੇ ਕੰਮ ਆਊਗਾ। ਔਰ ਵੈਸੇ ਵੀ ਉਹਨਾਂ ਨੇ ਹਰ ਵਕਤ ਮੇਰੇ ਨਾਲ ਹੈ, ਅਸੀਂ ਮਿਲ ਕੇ ਇਲੈਕਸ਼ਨ ਲੜਦੇ ਹਾਂ, ਕਿਉਂਕਿ ਕੰਪੇਨ 'ਚ ਸੈਪਰੇਟ ਹੋ ਜਾਈਦਾ ਆ, ਫਸਟ ਟਾਈਮ ਇਕੱਠੇ ਜਾਂਦੇ ਹਾਂ, ਉਸ ਤੋਂ ਬਾਅਦ ਹਰ ਵਾਰੀ ਅਸੀਂ ਅਲੱਗ ਅਲੱਗ ਕੰਪੇਨ ਕਰਦੇ ਹਾਂ ਦੋਨੋਂ ਜਣੇ, ਔਰ ਪਰਮਾਤਮਾ ਕਾਮਯਾਬੀ ਜ਼ਰੂਰ ਦਿੰਦਾ ਹੈ। ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੀਫੈਸਟੋ ਲਾਂਚ ਕੀਤਾ ਸੀ, ਉਸ ਦੇ ਵਿੱਚ ਹਰ ਵਰਗ ਦਾ ਕਿਹਾ ਜਾ ਰਿਹਾ ਕਿ ਖਿਆਲ ਰੱਖਣ ਦੀ ਗੱਲ ਉਸ ਦੇ ਵਿੱਚ ਕੀਤੀ ਗਈ ਹੈ। ਖਾਸ ਕਰਕੇ ਜੇਕਰ ਤੁਹਾਡੇ ਹਲਕੇ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਸ਼ਾਇਦ ਹਾਲੇ ਵੀ ਛੱਤਾਂ ਤੋਂ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਛੱਤਾਂ ਉਹਨਾਂ ਕੋਲ ਨਹੀਂ ਹੈਗੀਆਂ, ਉਹਨਾਂ ਤੱਕ ਕਿਸ ਤਰੀਕੇ ਨਾਲ ਅਪਰੋਚ ਕੀਤੀ ਜਾਏਗੀ ਉਹ, ਕਿਉਂਕਿ ਹਰ ਘਰ ਕਿਤੇ ਨਾ ਕਿਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸੇ ਕੋਈ ਗਰੀਬ ਘਰ ਇੱਦਾਂ ਦਾ ਨਹੀਂ ਹੋਏਗਾ, ਕੋਈ ਗਰੀਬ ਵਰਗ ਇੱਦਾਂ ਦਾ ਨਹੀਂ ਹੋਏਗਾ ਜਿਹਦੇ ਸਿਰ 'ਤੇ ਛੱਤ ਨਹੀਂ ਹੋਏਗੀ। ਦੇਖੋ ਮੈਂ ਸੋਸ਼ਲ ਵਰਕਰ ਹੋਣ ਦੇ ਨਾਤੇ ਮੈਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵਿਚਰੀ ਹਾਂ, ਔਰ ਮੈਂ ਇਸ ਗੱਲ ਨੂੰ ਮੰਨਦੀ ਹਾਂ ਕਿ ਬਹੁਤ ਸਾਰੇ ਲੋਕ ਰਹਿ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇਹ ਸਕੀਮ ਲੈਣੀ ਆ। ਮੈਂ ਬਹੁਤ ਕੋਸ਼ਿਸ਼ ਕੀਤੀ ਆ ਉਹਨਾਂ ਤੱਕ ਇਹ ਸਕੀਮਾਂ ਪਹੁੰਚਾਉਣ ਦੀ, ਔਰ ਉਹਨਾਂ ਨੇ ਲਾਭ ਵੀ ਲਿਆ ਆ, ਔਰ ਹੁਣ ਵੀ ਇਹੀ ਕੋਸ਼ਿਸ਼ ਰੱਖੂੰਗੀ ਕਿ ਖੁਦ ਮੈਨੂੰ ਖੁਦ ਪਤਾ ਹੋਏ, ਔਰ ਮੈਂ ਖੁਦ ਸੋਸ਼ਲ ਵਰਕ ਦੇ ਵਿੱਚ ਵੀ ਜੇ ਕਿਸੇ ਦੀ ਛੱਤ ਗਿਰ ਜਾਂਦੀ ਸੀ ਮੈਨੂੰ ਪਤਾ ਲੱਗਦਾ ਸੀ, ਚਾਹੇ ਮੀਡੀਆ ਦੇ ਥਰੂ ਕਿਸੇ ਤਰ੍ਹਾਂ ਵੀ ਮੈਂ ਉਸੇ ਵਕਤ ਜਾਂਦੀ ਸੀ, ਔਰ ਉਹਨਾਂ ਦੀ ਉਹ ਛੱਤ ਪੁਆ ਨਾਲ ਦੀ ਨਾਲ ਪਾ ਕੇ ਦੇਈਦੀ ਸੀ, ਉਹਨਾਂ ਨੂੰ ਕਹੀਦਾ ਸਿਰ 'ਤੇ ਛੱਤ 'ਤੇ ਰੱਖੋ ਨਾ, ਬਾਕੀ ਤੁਸੀਂ ਸਕੀਮ ਬਾਅਦ 'ਚ ਲੈ ਲਿਓ, ਤੁਹਾਨੂੰ ਪਤਾ ਨਹੀਂ ਹੈ, ਔਰ ਲੋੜ ਪੈਣ 'ਤੇ ਨਾਲ ਖੜੀ ਹਾਂ ਹਰ ਇੱਕ ਦੇ।
ਤੇ ਜੇਕਰ ਐਮਪੀ ਬਣਦੇ ਹੋ ਇੱਕ ਐਮਪੀ ਲੈਡ ਵੀ ਤੁਹਾਨੂੰ ਜ਼ਰੂਰ ਮਿਲਦਾ, ਜਿੱਥੇ ਤੁਸੀਂ ਕੇਂਦਰ ਤੋਂ ਗ੍ਰਾਂਟਾਂ ਵੀ ਲੈ ਕੇ ਆਉਂਦੇ ਹੋ, ਐਮਪੀ ਲੈਡ ਵੀ ਜ਼ਰੂਰ ਮਿਲਦਾ। ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਖਰਚ ਕੀਤਾ ਜਾਏਗਾ, ਕਿਉਂਕਿ ਸਾਲ ਦਾ ਮੇਰੇ ਖਿਆਲ 5 ਕਰੋੜ ਦੇ ਕਰੀਬ 2 ਕਿਸ਼ਤਾਂ 'ਚ ਮਿਲਦਾ ਐਮਪੀ ਲੈਡ, ਉਹਨੂੰ ਕਿਸ ਤਰੀਕੇ ਦੇ ਨਾਲ ਖਰਚ ਕੀਤਾ ਜਾਏਗਾ ਲੋਕਾਂ ਦਾ, ਕਿਉਂਕਿ ਤੁਸੀਂ ਆਪ ਕਿਹਾ ਸੋਸ਼ਲ ਵਰਕਰ ਹੋ, ਔਰ ਕਿਉਂਕਿ ਅਕਸਰ ਦੇਖਿਆ ਜਾਂਦਾ ਕਿਸੇ ਐਮਪੀ ਦਾ ਐਮਪੀ ਲੈਡ ਜਿਹੜਾ ਉਹ ਜਾਂ ਫਿਰ ਪਿੰਡਾਂ ਦੀਆਂ ਕੁਰਸੀਆਂ ਦੇ ਉੱਤੇ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਲੱਗਦਾ। ਤੁਹਾਡੀ ਕੀ ਸੋਚ ਹੈ ਇਸ ਨੂੰ ਲੈ ਕੇ? ਨਹੀਂ, ਸੋਮ ਪ੍ਰਕਾਸ਼ ਜੀ ਨੇ ਕਦੀ ਵੀ ਇੱਦਾਂ ਨਹੀਂ ਕੀਤਾ ਹੈ। ਉਹਨਾਂ ਨੇ ਅੱਛੇ ਕੰਮ ਕੀਤੇ ਆ, ਅੱਛੇ ਕੰਮਾਂ 'ਤੇ ਗ੍ਰਾਂਟਾਂ ਲਾਈਆਂ, ਜੋ ਪਬਲਿਕ ਨੇ ਕਿਹਾ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਅਸੀਂ ਅੱਗੇ ਵੀ ਕੋਸ਼ਿਸ਼ ਕਰਨੀ ਆ। ਐਮ ਪੀ ਲੈਣ ਤੋਂ ਸੈਪਰੇਟ ਵੀ ਉਹਨਾਂ ਨੇ ਬਹੁਤ ਕੰਮ ਕੀਤੇ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਔਰ ਹੁਣ ਵੀ ਉਸੇ ਤਰ੍ਹਾਂ ਹੀ ਕੰਮ ਕਰਨੇ ਆ। ਅਸੀਂ ਜਦੋਂ ਪਬਲਿਕ 'ਚ ਜਾਣਾ, ਇੱਕ ਪਬਲਿਕ ਦਾ ਪਿਆਰ ਹੈ ਜਿਹਦੇ ਕਰਕੇ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰੀ ਦੀ, ਉਹ ਖੁੱਲ੍ਹ ਕੇ ਸਾਡੇ ਨਾਲ ਬੈਠ ਕੇ ਗੱਲ ਕਰਦੇ ਆ, ਔਰ ਉਹਦੇ ਵਿੱਚ ਹੀ ਸਾਰੇ ਮੁੱਦੇ ਹੱਲ ਵੀ ਹੋ ਜਾਂਦੇ ਆ। ਔਰ ਇਸੇ ਤਰ੍ਹਾਂ ਕੰਮ ਕਰਨਾ ਹੈ, ਸੇਵਾ ਕਰਨੀ ਹੈ, ਸੇਵਾ ਕਰਨ ਲਈ ਆਏ ਵੀ ਹਾਂ ਦੋਨੋਂ ਜਣੇ, ਔਰ ਇੰਨੇ ਸਾਲਾਂ ਤੋਂ ਸੇਵਾ ਹੀ ਕਰ ਰਹੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਅਨੀਤਾ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਸ ਸੰਸਾਰ ਨਾਲ ਅਨੀਤਾ ਸੋਮ ਪ੍ਰਕਾਸ਼, ਜੋ ਕਿ ਹੁਸ਼ਿਆਰਪੁਰ ਹਲਕੇ ਤੋਂ ਭਾਜਪਾ ਦੇ ਕੈਂਡੀਡੇਟ ਨੇ, ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ, ਕਹਿੰਦੇ ਕਿ ਮੈਨੂੰ ਮੇਰੇ ਹਲਕੇ ਹਲਕਾ ਵਾਸੀਆਂ ਦੇ ਉੱਤੇ ਭਰੋਸਾ ਹੈ, ਕਿਉਂਕਿ ਹਲਕਾ ਵਾਸੀਆਂ ਦੇ ਨਾਲ ਲਗਾਤਾਰ ਉਹਨਾਂ ਦੇ ਪਤੀ ਜਿਹੜੇ ਨੇ ਸੋਮ ਪ੍ਰਕਾਸ਼, ਉਹ ਇਨ ਟੱਚ ਵੀ ਰਹੇ ਨੇ, ਹਲਕੇ 'ਚ ਲਗਾਤਾਰ ਕੰਮ ਵੀ ਕੀਤੇ ਨੇ, ਔਰ ਕੰਮ ਜਿਹੜੇ ਨੇ ਮੂੰਹ ਬੋਲਦੇ ਨੇ, ਪਰ ਕੀ ਲੋਕ ਇਸ ਨੂੰ ਕਿਸ ਤਰੀਕੇ ਦੇਖਦੇ ਨੇ ਉਹ ਪਤਾ ਲੱਗੇਗਾ 1 ਜੂਨ ਨੂੰ ਜਦ ਵੋਟਾਂ ਪੈਣਗੀਆਂ, ਔਰ 4 ਜੂਨ ਨੂੰ ਜਦ ਨਤੀਜੇ ਸਾਹਮਣੇ ਆਉਣਗੇ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਨ ਨਰੂਲਾ, ਲਿਵਿੰਗ ਇੰਡੀਆ ਨਿਊਜ਼, ਫਗਵਾੜਾ।